वेलकम टू सिमर एंड जस ब्लॉग। सारे सत श्रीकाल साडे ब्लॉग की हाल चाल ने सब दे, उम्मीद आ सब वधिया होंगे। तो दसिया ही ना कि करवा चौथ वाले दिन तैयार होना वा, तो कुछ इदा दी मैडम मेरे मेहंदी लाउण दी सीधे हाथ ते चलो आटे गांडे करके ने वधिया लाती, पर इधर वेखो डिजाइन दा कोई दस्यो लबटौड़ियां वाई चंदी ते सीधा अज कर माड़ी लाई आ। दस्यो दस्यो जरा बाद वेखी जदों कलर छड़ेगा की है घा गाया कि लमकन डे गन्ना दंद कड्डी जांदी है। डिजाइन बेंदी कुछ होर आ खून तो ते वाह कुछ होर दिंदी उहनूं ਨਾਲੇ ਕਿਤੇ ਮੈਂ ਮਹਿੰਦੀ ਲਾ ਕੇ ਆ ਡਿਜ਼ਾਈਨ ਕਿੱਥੇ ਕਿੱਥੇ ਵੇਖਿਆ ਵੇ ਦੱਸਿਓ। ਫਿਰ ਨਾ ਹਰ ਜਗ੍ਹਾ ਸਾਰੀ ਗਲੀ 'ਚ ਦੱਸਦੀ ਮੇਰੀ ਭੈਣ ਮਹਿੰਦੀ ਬੜੀ ਵਧੀਆ ਲਾਉਂਦੀ, ਫਿਰ ਇਹ ਵੀ ਉੱਥੇ ਕੋਲ ਹੋ ਕੇ ਦੱਸਦੀ ਆ। ਦੱਸਦੀ ਆ ਵੇਖਿਓ ਹੱਥ ਵਿਖਾਉਣਾ ਮੈਂ ਇਹ ਪਤਾ ਨਹੀਂ ਕਿੱਥੋਂ ਵੇਖਿਆ ਇਹਨੇ ਡਿਜ਼ਾਈਨ। ਇਹ ਮੇਰੇ ਵਲੌਗ ਆ ਵੇਖਿਓ ਮਹਿੰਦੀ ਜਲੂਸ ਕੱਢਣ ਲੱਗੀ ਆ ਕਿ ਰਿੰਪੀ ਨੂੰ ਮਹਿੰਦੀ ਲਾਉਣੀ ਨਹੀਂ ਆਉਂਦੀ ਹੈ। ਇਹਦਾ ਕੋਈ ਮੂੰਹ ਮੱਥਾ ਦੱਸਿਓ ਸਾਰੇ ਕਮੈਂਟ ਕਰਕੇ ਜ਼ਰੂਰ। ਤੁਹਾਡੀ ਆਵਾਜ਼ ਆਉਣ ਡਈ ਵਲੌਗ 'ਚ। ਵਰਤ ਨੀ ਰੱਖਿਆ ਤੇ ਜਿਨ੍ਹਾਂ ਨੇ ਰੱਖਿਆ ਏ ਉਹਨਾਂ ਨੂੰ ਹੈਪੀ ਕਰਵਾ ਚੌਥ ਸਾਡੇ ਵੱਲੋਂ। ਤੇ ਸੰਦੀਪ ਤੂੰ ਦਿਖਾਈ ਆਪਣਾ ਸੂਟ ਦੁਪੱਟਾ ਲੈਣਾ ਨਾਲ ਤੇ ਤਿਆਰ ਹੋ। ਸ਼ਾਮ ਹੀ ਪੈ ਗਈ ਆ, ਕੀ ਕਰਦੀ ਆ? ਅੱਛਾ ਕਿਹੜਾ ਸਿਰ ਕਰਨ ਲੱਗੀ ਆ? ਮੀਡੀਆਂ ਵਾਲਾ ਨਹੀਂ ਵਟਣਿਆਂ ਵਾਲਾ ਖੱਬੜ ਵਟਣ ਲਈ। ਮਹਿੰਦੀ ਮਾੜੀ ਨਹੀਂ ਲੱਗੀ? ਮਹਿੰਦੀ ਦਿਖਾ, ਹੁਣ ਮਹਿੰਦੀ ਦਿਖਾ ਆਪਣੀ ਆ ਸਿੱਧੀ ਆਵੇ। ਕਹਿੰਦੀ ਮੈਨੂੰ ਮਜ਼ਾਕ ਕਰਨ ਡੀ ਮਹਿੰਦੀ ਨਹੀਂ ਚੰਗੀ ਲਾਉਣ ਡੀ ਮਹਿੰਦੀ, ਆ ਮੇਰੀ ਆ ਆ ਉਹਦੀ ਆ। ਪਤਾ ਤੇਰਾ ਹੱਥ ਹੋ ਮੇਰਾ ਹੱਥ ਹੋ ਤੇ ਤੇਰਾ ਹੀ ਹੋਣਾ ਮੇਰੀ ਆ। ਇਹਨੂੰ ਨਾ ਉਹ ਚੀਜ਼ ਨੀ ਸਹੀ ਲੱਗਦੀ ਜੋ ਮੈਂ ਕਹੂੰਗੀ ਕਿ ਸਹੀ ਆ। ਮੈਂ ਨੀ ਬੜੀ ਕਿੱਦਾਂ ਬੋਲਦੀ ਆ, ਤੈਨੂੰ ਜਾਚ ਨੀ ਬੋਲਣ ਦੀ? ਵੱਡੀ ਭੈਣ ਕੋਈ ਸਿੱਖੀ ਹੈ ਕਿੱਦਾਂ? ਜਿੱਦਾਂ ਦੀ ਤੂੰ ਵਿਆਹ ਕੇ ਲਿਆਂਦੀ ਸੀ ਇਹ ਡਾਇਲੋਗ ਇਹਦਾ ਬਹੁਤ ਜ਼ਿਆਦਾ ਪੁਰਾਣਾ ਹੋ ਗਿਆ। ਇਹਨੇ ਮੇਰੇ ਐਨੀਵਰਸਰੀ ਤੇ ਵੀ ਸਾਡੇ ਇਹੀ ਬੋਲ ਡਾਇਲੋਗ ਬੋਲਿਆ। ਉਦੋਂ ਤੂੰ ਮਜ਼ੈਂਟਾ ਸੂਟ ਪਾਇਆ ਸੀ ਤੇ ਉਹ ਤੂੰ ਵਿਆਹ ਲਈ ਪਾਇਆ ਸੀ? ਵਿਆਹ ਮੇਰਾ ਇਹ ਵੀ ਤੇਰੇ ਵਿਆਹ ਲਈ ਫੇਰਿਆਂ ਵਾਲਾ ਕਦੋਂ ਬਣਾਇਆ ਸੀ? ਫੇਰਿਆਂ ਵਾਲਾ ਬਣਾਇਆ ਸੀ ਹਾਂ। ਘਰ ਪਾਇਆ ਹਾਂ। ਮਹਿੰਦੀ ਦੱਸਿਓ ਕਿ ਵਧੀਆ ਨਹੀਂ ਲੱਗੀ? ਇਹ ਕਹਿੰਦੀ ਤੂੰ ਜਲੂਸ ਕੱਢਿਆ। ਕੋਈ ਗੱਲ ਨੀ, ਮੇਰਾ ਬੈਕ ਸਾਈਡ ਜਿਹੜੀ ਹੈ ਨਾ ਖਰਾਬ ਕਰਤੀ ਇਹਨੇ। ਮੈਂ ਚਾਂਦ ਬਣਾਉਣ ਲੱਗੀ ਸੀ ਦਾਤਰੀ ਦੰਦੇ ਟੋਕਾ ਸਾਰਾ ਕੁਛ ਵਾਤਾ ਇਹਨੇ। ਇਹ ਇਹ ਮੈਨੂੰ ਦੱਸਿਓ ਕਿ ਫੈਸ਼ਨ ਕਿਹਨੂੰ ਕਹਿੰਦੇ ਆ? ਜੇ ਅਸੀਂ ਦੁਨੀਆ ਤੋਂ ਅਲੱਗ ਜਾ ਕੇ ਕੁਛ ਕਰਾਂਗੇ ਫੈਸ਼ਨ ਉਹਨੂੰ ਹੀ ਕਹਿੰਦੇ ਆ। ਤੇ ਇਹ ਉਹ ਰਿਸਕ ਨਹੀਂ ਲੈਂਦੀ, ਜਿੰਨੇ ਰਿਸਕ ਲੈ ਲਿਆ ਉਹੀ ਉਹਨੂੰ ਮਤਲਬ ਉਹੀ ਫੈਸ਼ਨ ਆ। ਜਿੰਨੇ ਰਿਸਕ ਲੈ ਲਿਆ ਮਤਲਬ ਦੁਨੀਆ ਤੋਂ ਅਲੱਗ ਕਰਨ ਦਾ, ਤੇ ਇਹ ਨਹੀਂ ਕਰ ਰਿਹਾ। ਇੱਦਾਂ ਲੈਸ ਗੁੰਦੀ ਦੇ ਵਿੱਚ ਡਿਜ਼ਾਈਨ ਬਣਾਇਆ। ਨਵੀਂ ਨਵੀਂ ਵਿਆਹੀ ਆਈ ਅਸੀਂ ਵਿਚਾਰੀ ਨੂੰ ਕੰਮ ਤੇ ਲਾਤਾ, ਚੌਂਕੇ ਚੜਾਤੀ। ਦਾਦੀਆਂ ਨਾਨੀਆਂ ਦੇ ਸਮੇਂ ਅੱਜ ਮੈਂ ਆਈ ਸੀ। ਹਾਂ ਇਹ ਨਾ ਜਦੋਂ ਮੈਂ ਦੱਸਣਾ ਸੀ ਤੁਹਾਨੂੰ, ਇਹ ਜਦੋਂ ਛੋਟੀ ਹੁੰਦੀ ਨਾ ਪਹਿਲੇ ਦਿਨ ਹੀ ਜਦੋਂ ਹੋਈ ਸੀ ਮਤਲਬ ਇਹਦਾ ਜਨਮ ਹੋਇਆ ਸੀ, ਤੇ ਇਹਦੇ ਨਾਲ ਛੋਟਾ ਜਿਹਾ ਦੰਦ ਸੀ। ਮੰਮੀ ਕਹਿੰਦੀ ਲਓ ਕਿੱਥੋਂ ਵਗਣ ਡਿਆ ਵਾ, ਵੇਖਿਆ ਤੇ ਫਿਰ ਦੰਦ ਸੀ। ਮੈਂ ਦਾਦਾ ਹੋਇਆ ਨੀ ਆ, ਤੇ ਇਹ ਪੱਕਾ ਦਾਦੀਆਂ ਨਾਨੀਆਂ ਦੇ ਸਮਿਆਂ ਚੋਂ ਹੀ ਆਈ ਸੀ। ਦਾਦੀ ਨਾਨੀ ਹੋਈ ਕੋਈ ਹੋਣੀ ਕੋਈ, ਤਾਂ ਹੀ ਤੇ ਫਿੱਕੇ ਫਿੱਕੇ ਮੰਮੀ ਕਹਿੰਦੀ ਚਿੱਟੇ ਸੂਟ ਲੈਂਦੀ ਹੋਈ ਵੀ ਨਾਨਕੀ। ਚਲੋ ਨਾਨਕੀ ਹਾਂਜੀ, ਪਰ ਸਾਗ ਬਣਾਉਣਾ ਨੀ ਆਉਂਦਾ ਫਿਰ ਦਾਦੀ ਨਾਨੀ ਨੂੰ? ਕੋਈ ਨੀ ਮੈਂ ਬਣਾ ਲੈਣੀ ਇੱਕੋ ਘਰ ਚ ਹੀ ਆ, ਫਿਰ ਕੀ ਆ ਜਦੋਂ ਮੈਂ ਸਾਗ ਬਣਾਇਆ ਕਰੂੰ ਦੇ ਦਿਆ ਕਰੂੰ। ਆਹੋ ਤੇ ਇਹਨੂੰ ਮੈਡਮ ਨੂੰ ਕੁੱਕਰ ਚਲਾਉਣਾ ਨੀ ਆਉਂਦਾ, ਤਾਂ ਹੀ ਮੈਂ ਨਾ ਦਾਲ ਖਾਣੀ ਸੀ ਤੇ ਮੈਂ ਸੰਦੀਪ ਨੂੰ ਕਹਿਣ ਡਈ, ਮੈਂ ਸੰਦੀਪ ਕਾਲੀ ਦਾਲ ਜਿਹੜੀ ਹੈ ਨਾ ਕੁੱਕਰ ਚ ਬਣਦੀ ਹੈ ਨਾ ਤੇ ਉਹ ਤਸਲੇ ਚ ਬਣਨੀ ਨੀ, ਤਾਂ ਹੀ ਤੈਨੂੰ ਕਿਹਾ ਸੀ ਤੈਨੂੰ ਬਣਾਈ ਅੱਜ। ਸਿਰ ਤੇ ਦਿਖਾ, ਸਟਾਈਲ ਦਿਖਾ ਸਿਰ ਦਾ। ਹਾਂ ਦੇਖੋ
ਮਿਹਨਤ ਤੇ ਕੀਤੀ ਆ ਇਹਦੇ ਸੂਟ ਦੀ ਲੈ ਸੀ ਤੇ ਆਪਾਂ ਗੁੱਤ ਚਲਾ ਲਈ ਮੈਰਿਜ ਤੇ ਉਹਦੇ ਵੱਡੇ ਬ੍ਰਦਰ ਦਾ ਛੋਟੇ ਦਾ ਪਹਿਲਾਂ ਵਿਆਹ ਕਰਤਾ ਸੀ ਹੁਣ ਵੱਡੇ ਦਾ ਵਾ ਤੇ ਫਿਰ ਆਪਾਂ ਜਾਵਾਂਗੇ ਵਿਆਹ ਤੇ ਫਿਰ ਮੈਂ ਸਾਰੀ ਵਲੌਗ ਤੱਕ ਸੂਟ ਵਗੈਰਾ ਵੀ ਦਿਖਾਵਾਂਗੇ ਕਿਹੜਾ ਪਾਉਣਾ ਕਿਹੜਾ ਨਹੀਂ ਪਾਉਣਾ ਪੂਰੀ ਸ਼ਾਪਿੰਗ ਵੀ ਦਿਖਾਵਾਂਗੇ ਅਸੀਂ ਇੱਥੇ ਖੜੇ ਆ ਉਹ ਕਹਿੰਦੀ ਬਾਹਰ ਨਾ ਰੋਣ ਵੇੜੇ ਕਹਿੰਦੀ ਬਾਹਰ ਨਾ ਬਾਹਰ ਕਿਉਂ ਨਹੀਂ ਨਿਕਲਣ ਦੇਂਦੀ ਹਨਾ ਨੋਨੀ ਤਮਨ ਆ ਜੋ ਉੱਚੀ ਬੋਲ ਉੱਚੀ ਦਾਦੀ ਸਤਿ ਸ਼੍ਰੀ ਅਕਾਲ ਖੜਨ ਡੀ ਮੈਨੂੰ ਲੱਗਾ ਕਿ ਮੇਰਾ ਹੀ ਆ ਏਦਾਂ ਹੁਣ ਫੇਰ ਇੱਥੇ ਰੱਖਿਆ ਕਹਿੰਦੀ ਆ ਮੇਰਾ ਫੋਨ ਏਦਾਂ ਭੁਲੇਖਾ ਲੱਗ ਜਾਂਦਾ ਜੇ ਮੈਂ ਉਦਣ ਖੋਲ ਕੇ ਨਾ ਵਹਿੰਦੀ ਫੋਨ ਆਇਆ ਸੀ ਕਿਸੇ ਦਾ ਫਿਰ ਪਤਾ ਲੱਗਾ ਕਿ ਤੇਰਾ ਫੋਨ ਆ ਹੁਣ ਅਸੀਂ ਲਾਉਣ ਲੱਗੇ ਫੁਲਕੇ ਰੋਟੀ ਦੀ ਤਿਆਰੀ ਤੇ ਕੀ ਬਣਾਇਆ ਰੋਟੀ ਚ ਦਾਲ ਕਾਲੀ ਦਾਲ ਕਿਵੇਂ ਥੋੜੀ ਹੋ ਗਈ ਆ ਹੈ ਆ ਵੱਡੇ ਚੂਹੇ ਨੇ ਖਾਧੀ ਹੋਣੀ ਮੇਰੀ ਦਾਲ ਲਾਲ ਪਰੀ ਕੀ ਹਾਲ ਆ ਕੀ ਕਰਦੀ ਆ ਕੁਛ ਨਹੀਂ ਅੱਜ ਆਪਾਂ ਸੇਮ ਸੇਮ ਸੂਟ ਪਾਏ ਰਹਿੰਦਾ ਪਹਿਲਾਂ ਅੱਛਾ ਰੈੱਡ ਰੈੱਡ ਠੀਕ ਆ ਕਿੱਥੇ ਲੱਗ ਰੋਟੀ ਇਦਾਂ ਦੀ ਰੋਟੀ ਨੇ ਜਿਹੜੀ ਮੈਂ ਬਣਾਈ ਮੈਂ ਬਣਾਈ ਰੋਟੀ ਇਹਨੇ ਸਿਰਫ ਆਟਾ ਗੁੰਨਦਾ ਹੈ ਕਿ ਚਲਾ ਗਿਆ ਕਿੱਥੇ ਲਿਆਂਦੇ ਚੋਰ ਬਾਜ਼ਾਰ ਚੋਂ ਹੈ ਚੋਰ ਬਾਜ਼ਾਰ ਚੋਂ ਲੈ ਕੇ ਸੂਟ ਚੋਰ ਬਾਜ਼ਾਰ ਕਿੱਥੇ ਆ ਚੋਰ ਬਾਜ਼ਾਰ ਹੈ ਕਿੱਥੇ ਆ ਅੰਮ੍ਰਿਤਸਰ ਕਿਹੜਾ ਇਲਾਕਾ ਤੁਹਾਡਾ ਪਾਕਿਸਤਾਨ ਲਾਹੌਰ ਤੋਂ ਆਈ ਹੈ ਜੀ ਠੀਕ ਹੈ ਕਿੱਦਾਂ ਦਰਿਆ ਟੱਪ ਕੇ ਰਾਵੀ ਦਰਿਆ ਟੱਪ ਕੇ ਮੰਮੀ ਕਹਿੰਦੇ ਜਾਂਦੀ ਲਾਹੌਰ ਦੀ ਦਰਿਆ ਟੱਪ ਕੇ ਆਈ ਹੈ ਸ਼ਰੀਫ ਕਿੱਥੋਂ ਆਈ ਹੈ ਨਹੀਂ ਦਰਿਆ ਦੇ ਉਰੇ ਹੀ ਤਾਂ ਜੇ ਅਸੀਂ ਪਹਿਲਾਂ ਦਰਿਆ ਤੋਂ ਪਾਰ ਰਹਿੰਦੇ ਸੀ ਅੱਛਾ ਜਦੋਂ ਦਾਦੇ ਹੋਣੀ ਰਹਿੰਦੇ ਬਾਅਦ ਵਿੱਚ ਇੱਧਰ ਆ ਗਏ ਅਸੀਂ ਕਿੱਦਾਂ ਆਏ ਜੁੜ ਕੇ ਗਏ ਕਿੰਨੇ ਜਾਂਦੇ ਨੂੰ ਪਤਾ ਹੋਏ ਤੈਰ ਕੇ ਗਈ ਆ ਮੈਂ ਤੈਰ ਕੇ ਅੱਛਾ ਤੂੰ ਸ਼ਰੀਫ ਕਿੱਦਾਂ ਆਈ ਮੈਂ ਵੀ ਤੈਰ ਕੇ ਕਿ ਮੈਂ ਉੱਡ ਕੇ ਆਉਣਾ ਤੂੰ ਵੀ ਤੈਰ ਕੇ ਆਈ ਹੈ ਤੈਨੂੰ ਤੈਰਨਾ ਆਉਂਦਾ ਨਹੀਂ ਵੀ ਅੱਜ ਵਾਲੇ ਦਿਨ ਕੀ ਅੱਜ ਵਾਲੇ ਕੀ ਦਿਨ ਘਰ ਵਾਲੀਆਂ ਨੂੰ ਘਰ ਵਾਲਿਆਂ ਨਾਲ ਜ਼ਿਆਦਾ ਪਿਆਰ ਹੁੰਦਾ ਵਾ ਇਦਾਂ ਨਾ ਕਰੋ ਅੱਜ ਵਾਲੇ ਦਿਨ ਕੀ ਮਤਲਬ ਘਰ ਵਾਲੀਆਂ ਇਹਦਾ ਵਿਆਹ ਵਾਲਾ ਸੂਟ ਆ ਤੇ ਮੇਰਾ ਜਿਹੜਾ ਸੂਟ ਆ ਇਹ ਮੈਂ ਆਪਣੀ ਭੂਆ ਦੇ ਮੁੰਡੇ ਦੇ ਵਿਆਹ ਤੇ ਬਣਾਇਆ ਪਹਿਲਾਂ ਵਿਆਹ ਇਹਦੇ ਵਿਆਹ ਤੋਂ ਪਹਿਲਾਂ ਦਾ ਸੂਟ ਆ ਅੱਜ ਵਾਲੇ ਦਿਨ ਕੀ ਹੁੰਦਾ ਵਾ ਮਤਲਬ ਕਿ ਘਰ ਵਾਲੇ ਤੇ ਜ਼ਿਆਦਾ ਉਹਨਾਂ ਨੂੰ ਹੁੰਦਾ ਵਾ ਘਰ ਵਾਲੀਆਂ ਨੂੰ ਫਿਕਰ ਹੁੰਦਾ ਵਾ ਫਿਕਰ ਹੁੰਦਾ ਕੋਈ ਵੀ ਤਿਉਹਾਰ ਆ ਅਸੀਂ ਨਹੀਂ ਜਾਣਦੇ ਕਿ ਉਹਦੀ ਹਿਸਟਰੀ ਕੀ ਆ ਪਰ ਫਿਰ ਵੀ ਜੇ ਕਿਸੇ ਨੂੰ ਤਿਉਹਾਰ ਮਨਾ ਕੇ ਖੁਸ਼ੀ ਮਿਲਦੀ ਆ ਤੇ ਖੁਸ਼ੀਆਂ ਮਨਾਉਣ ਦਾ ਸਾਰਿਆਂ ਨੂੰ ਹਨਾ ਹੱਕ ਆ ਤੇ ਮਨਾ ਨਹੀਂ ਕਰਨਾ ਚਾਹੀਦਾ ਜਿਹਦਾ ਸ਼ੌਂਕ ਆ ਰੱਖੇ ਆ ਜਿਹਦਾ ਨਹੀਂ ਤੇ ਇੰਨੀ ਸੀਰੀਅਸ ਹੋ ਕੇ ਬੋਲਣ ਦੀ ਆ ਉਹ
ਉਹ ਬਚ ਗਈ ਨਹੀਂ ਤੇ ਉਹ ਆਪਾਂ ਸਿਰ ਤੇ ਲਾਣੀ ਹੈ ਕਿਉਂਕਿ ਸਾਡੇ ਕੋਲ ਸਿਰ ਤੇ ਲਾਉਣ ਲਈ ਕੋਈ ਮੇਰੇ ਕੋਲ ਰਬੜ ਬੈਂਡ ਨਹੀਂ ਨਵਾਂ ਹੈਗਾ ਤੇ ਮੈਂ ਕਿਹਾ ਲੈ ਸੀ ਲਾ ਦੇ मेरी दिखा नहीं देना दुमे पैना नचिए सोरे नचिए आज का ब्लॉग पसंद आया होगा अगर आया वा तो प्लीज साडे चैनल नूं लाइक शेयर एंड सबसक्राइब जरूर कर दो मिलते हैं एक नवे ब्लॉग के नाल तद तक ली बाय सारे नूं सत श्री अकाल।